ਵਿਨਾ ਵਰਮਾ ਦੀ ਕਹਾਣੀ ਹੈ ਹੁਣ ਮੈਂ ਸੈੱਟ ਹਾਂ ਬੜਾ ਛੋਟਾ ਜਿਹਾ ਸੀ ਗੋਗੀ ਜਦ ਇੰਗਲੈਂਡ ਆਇਆ ਸੀ ਸਿਰਫ 17 ਸਾਲ ਦਾ ਮਸ ਫੁੱਟ ਮੁੰਡਾ 18ਵੇਂ ਸਾਲ ਨੂੰ ਇੱਧਰ ਆ ਕੇ ਲੱਗਾ ਸੀ ਬੜਾ ਨਾਜ਼ੁਕ ਜਿਹਾ ਸੀ ਉਹ ਕੁੜੀਆਂ ਵਰਗਾ ਸ਼ਰਮੀਲਾ ਤੇ ਗੱਲ-ਗੱਲ ਤੇ ਰੰਗ ਸੁਰਖ ਹੋ ਜਾਂਦਾ ਸੀ ਉਹਦਾ ਹੱਸਦਾ ਗੱਲਾਂ 'ਚ ਟੋਏ ਪੈਂਦੇ ਸੀ ਉਹਦੇ ਚਿੱਟੇ ਦੰਦ ਮੋਤੀਆਂ ਵਾਂਗ ਚਮਕਦੇ ਆਪਣੇ ਕੁੰਗਰਾਲੇ ਰੇਸ਼ਮੀ ਵਾਲਾਂ ਨੂੰ ਉਹ ਬਾਰ-ਬਾਰ ਸ਼ੀਸ਼ੇ ਮੂਰੇ ਖੜਾ ਹੋ ਕੇ ਆਪਣਾ ਮੂੰਹ ਤੱਕਦਾ ਕਿ ਕਿਤੇ ਕੋਈ ਕਸਰ ਨਾ ਰਹਿ ਗਈ ਹੋਵੇ ਪੂਰਾ ਬੰਨ ਠਣ ਕੇ ਨਿਕਲਦਾ ਤਾਂ ਲੋਕ ਅੱਖਾਂ ਚੁੱਕ ਚੁੱਕ ਕੇ ਵੇਖਦੇ ਜਿਵੇਂ ਕੋਈ ਰਾਜਕੁਮਾਰ ਜਾ ਰਿਹਾ ਹੋਵੇ ਆਪਣੀ ਘੁੱਗੀ ਰੰਗੀ ਕਾਰ 'ਚ ਜਦੋਂ ਕਾਲੀਆਂ ਐਨਕਾਂ ਲਗਾ ਕੇ ਬੈਠਦਾ ਤਾਂ ਮਹੱਲੇ ਦੀਆਂ ਕੁੜੀਆਂ ਚਿੜੀਆਂ ਦੇ ਦਿਲ ਧੜਕਣ ਲੱਗ ਪੈਂਦੇ ਜਾਂ ਫਿਰ ਜਦੋਂ ਆਪਣੇ ਮੋਟਰਸਾਈਕਲ 'ਤੇ ਬਹਿ ਕੇ ਪਿੰਡ ਦਾ ਗੇੜਾ ਮਾਰਦਾ ਤਾਂ ਲੋਕ ਉਹਨੂੰ ਰੁੱਕ ਰੁੱਕ ਕੇ ਦੇਖਦੇ ਪਰ ਇਹ ਉਹਦੋਂ ਦੀਆਂ ਗੱਲਾਂ ਨੇ ਜਦੋਂ ਇੰਡੀਆ 'ਚ ਹੁੰਦਾ ਸੀ ਉਦੋਂ ਉਹਦੇ ਮਾਪਿਆਂ ਨੂੰ ਵੀ ਬੜਾ ਨਾਜ਼ ਸੀ ਆਪਣੇ ਪੁੱਤ ਤੇ ਉਹਦੀ ਖੂਬਸੂਰਤੀ ਦਾ ਚਰਚਾ ਲੋਕ ਕਰਦੇ ਤਾਂ ਜਿਵੇਂ ਉਹਦੇ ਪਿਓ ਨੂੰ ਬਿਨਾਂ ਪੀਤਿਆਂ ਚੜ ਜਾਂਦੀ ਉਹਦੀ ਮਾਂ ਉਹਨੂੰ ਬੁਰੀ ਨਜ਼ਰ ਤੋਂ ਬਚਾਉਣ ਲਈ ਉਹਦੇ ਗਲ 'ਚ ਕਾਲੇ ਧਾਗੇ ਦੀ ਤਵੀਤ ਪਾਈ ਰੱਖਦੀ ਤੇ ਉਹਦੀ ਨਿੱਕੀ ਭੈਣ ਗੁੱਡੋ ਨੂੰ ਆਪਣੇ ਆਪ ਤੇ ਬੜਾ ਮਾਣ ਆਉਂਦਾ ਜਦੋਂ ਉਹਦੀਆਂ ਸਹੇਲੀਆਂ ਉਹਦੇ ਭਰਾ ਦੀ ਤੁਲਨਾ ਕਿਸੇ ਫਿਲਮੀ ਹੀਰੋ ਨਾਲ ਕਰਦੀਆਂ ਕਿਸੇ ਫਿਲਮੀ ਹੀਰੋ ਵਰਗਾ ਤਾਂ ਹੀ ਸੀ ਸੋਹਣਾ ਸੁਨੱਖਾ ਹਰਮਨ ਪਿਆਰਾ ਤੇ ਸਾਰੇ ਉਤੋਂ ਬੜੀਆਂ ਉੱਚੀਆਂ ਸਾਂ ਉਮੀਦਾਂ ਲਗਾਈ ਬੈਠੇ ਸੀ ਖਾਸ ਕਰ ਉਹਦੇ ਮਾਪੇ ਜਿਹੜੇ ਉਹਨੂੰ ਬਾਕੀ ਸਾਰੀ ਦੁਨੀਆ ਤੋਂ ਨਿਆਰਾ ਸਮਝਦੇ ਸੀ ਉਹਨਾਂ ਲਈ ਉਹ ਜਿਵੇਂ ਆਕਾਸ਼ ਚ ਉਤਰਿਆ ਕੋਈ ਚੰਨ ਦਾ ਟੋਟਾ ਸੀ ਜਿਹਨੂੰ ਕੋਈ ਵੀ ਮੈਲ ਨਹੀਂ ਲੱਗਣੀ ਚਾਹੀਦੀ ਸੀ ਉਹਦੇ ਮੂੰਹ ਚੋਂ ਹਾਲੇ ਗੱਲ ਨਿਕਲਦੀ ਨਹੀਂ ਸੀ ਮਾਪੇ ਪਹਿਲਾਂ ਪੂਰੀ ਕਰ ਦਿੰਦੇ ਕਈ ਵਾਰ ਤਾਂ ਬਗੈਰ ਮੰਗਿਆਂ ਵੀ ਦੁਨੀਆ ਦੀਆਂ ਉਹ ਨਿਯਮਤਾਂ ਦੇ ਪੈਰਾਂ 'ਚ ਰੁਲਦੀਆਂ ਜਿਨ੍ਹਾਂ ਨੂੰ ਆਮ ਬੱਚੇ ਤਰਸਦੇ ਸੀ ਆਖਰ ਪ੍ਰਿੰਸੀਪਲ ਪਾਕਰ ਸਿੰਘ ਦਾ ਇਕੱਲਾ ਪੁੱਤਰ ਸੀ ਉਹ 10 ਕਿੱਲੇ ਜ਼ਮੀਨ ਦਾ ਇਕੱਲਾ ਵਾਰਿਸ ਮਾਂ ਵੀ ਉਹਦੀ ਕਿਸੇ ਸਰਕਾਰੀ ਸਕੂਲ ਚ ਪੜਾਉਂਦੀ ਸੀ ਤੇ ਚੰਗੀ ਤਨਖਾਹ ਸੀ ਉਹਦੀ ਦੋਵੇਂ ਬੱਚਿਆਂ ਦੀ ਪੜ੍ਹਾਈ ਮੁਫਤ ਵਰਗੀ ਸੀ ਦਾਣਾ ਪੱਕਾ ਜ਼ਮੀਨ ਤੋਂ ਆ ਜਾਂਦਾ ਸੀ ਪੁਰਖਾਂ ਦਾ ਬਣਾਇਆ ਪੁਰਾਣਾ ਘਰ ਢਾਕੇ ਕੋਠੀ ਖੜੀ ਕਰ ਲਈ ਸੀ ਪ੍ਰਿੰਸੀਪਲ ਸਾਹਿਬ ਨੇ ਚੰਗੀ ਇੱਜ਼ਤ ਬਣੀ ਹੋਈ ਸੀ ਇਲਾਕੇ 'ਚ ਤੇ ਥਾਂ-ਥਾਂ ਸਲੂਟਾਂ ਪੈਂਦੀਆਂ ਸੀ ਰੱਬ ਦਾ ਦਿੱਤਾ ਸਭ ਕੁਝ ਸੀ ਤੇ ਟੱਬਰ ਮੁੱਜਾਂ ਕਰਦਾ ਸੀ ਕੈਨੇਡਾ ਦੇ ਕਿਸੇ ਸਾਹਿਤਿਕ ਕਾਨਫਰੰਸ 'ਚ ਜਾਣ ਲਈ ਵੀਜ਼ਾ ਵੀ ਮਿਲ ਗਿਆ। ਪਾਖਰ ਸਿੰਘ ਨੇ ਜਿਵੇਂ ਦੇ ਜਿਵੇਂ ਨਵੇਂ ਕੰਮ ਨਿਕਲ ਆਏ। ਸਕੇ ਸਾਲੇ ਦੇ ਵਿਆਹ ਤੇ ਜਾਣ ਵਾਂਗ ਉਹ ਕਾਨਫਰੰਸ ਤੇ ਵੀ ਕਿਸੇ ਜਾਂਜੀ ਵਾਂਗ ਪੂਰੀ ਤਿਆਰੀ ਕਰਕੇ ਗਿਆ। 4 ਹਫ਼ਤੇ ਕੈਨੇਡਾ ਰਹਿ ਕੇ ਉਹਦਾ ਮਨ ਤਾਂ ਨਾ ਭਰਿਆ ਪਰ ਮਜਬੂਰੀ ਵਾਸਤੇ ਉਹਨੂੰ ਵਾਪਸ ਮੁੜਨਾ ਪਿਆ। 1 ਮਹੀਨੇ 'ਚ ਹੀ ਕਾਇਆ ਪਲਟ ਗਈ ਸੀ ਉਹਦੀ। ਭਾਰਤ ਵਾਪਸ ਆ ਕੇ ਉਹਨੂੰ ਆਪਣਾ ਮੁਲਕ ਬੜਾ ਛੋਟਾ ਤੇ ਗੰਦਾ ਜਿਹਾ ਲੱਗਿਆ। ਜਿੱਥੇ ਨਾ ਕੈਨੇਡਾ ਵਰਗੀ ਸਫਾਈ ਸੀ ਨਾ ਹੀ ਸਹੂਲਤਾਂ ਨਾ ਉੱਥੋਂ ਵਰਗੀਆਂ ਸੜਕਾਂ ਨਾ ਕਾਰਾਂ ਮੋਟਰਾਂ ਨਾ ਕੈਨੇਡਾ ਵਰਗੀ ਆਮਦਨ ਤੇ ਨਾ ਖੁਸ਼ਹਾਲੀ ਤੇ ਆਪਣਾ ਪਿੰਡ ਹੁਣ ਜਿਵੇਂ ਉਹਨੂੰ ਕਿਸੇ ਚੂਹੇ ਦੇ ਖੁੱਡ ਜਿੱਡਾ ਲੱਗਦਾ ਜਿੱਥੇ ਉਹਦਾ ਦਮ ਘੁੱਟਦਾ ਸੀ ਜਿੱਥੋਂ ਦੇ ਲੋਕਾਂ ਨੂੰ ਬੋਲਣ ਦਾ ਸ਼ੋਰ ਨਹੀਂ ਸੀ ਤੇ ਨਾ ਹੀ ਗੱਲ ਕਰਨ ਦੀ ਅਕਲ ਸੀ ਪਿੰਡੂ ਗਵਾਰ ਜਿਹੜੇ ਬੱਸ ਚੜਨ ਮੇਲੇ ਵੀ ਧਕਮ ਧੱਕੇ ਹੋ ਜਾਂਦੇ ਤੇ ਬਗੈਰ ਗੱਲ ਤੋਂ ਡਾਂਗ ਸੋਟਾ ਕੱਢੀ ਰੱਖਦੇ ਸੀ ਇੱਧਰ-ਉੱਧਰ ਬੇਮੁਹਾਰੇ ਤੁਰੇ ਫਿਰਦੇ ਲੋਕ ਉਹਨੂੰ ਡੰਗਰਾ ਵਾਂਗ ਜਾ ਜਿਨ੍ਹਾਂ ਨੂੰ ਜਿਉਣ ਦਾ ਭੋਰਾ ਵੀ ਚੱਜ ਨਹੀਂ ਸੀ ਉਹਨੂੰ ਲੱਗਦਾ ਜਿਵੇਂ ਇਹਨਾਂ ਡੰਗਰਾਂ 'ਚ ਰਹਿ ਕੇ ਵੀ ਉਹ ਵੀ ਉਹਨਾਂ ਵਰਗਾ ਹੋ ਗਿਆ ਹੋਵੇ ਬੜਾ ਮਾਮੂਲੀ ਜਿਹਾ ਬੰਦਾ ਜਿਹਦੀ ਨਾਂ ਤਾਂ ਕੋਈ ਖਾਸ ਪਛਾਣ ਸੀ ਨਾ ਹੀ ਜਿਉਣ ਦਾ ਕੋਈ ਵਿਸ਼ੇਸ਼ ਮਕਸਦ ਉਹ ਜਿਵੇਂ ਕਿਸੇ ਭੀੜ 'ਚ ਬੇਮਤਲਬ ਤੁਰਿਆ ਜਾ ਰਿਹਾ ਸੀ ਜ਼ਿੰਦਗੀ ਤਾਂ ਕੈਨੇਡਾ ਵਾਲਿਆਂ ਦੀ ਐ ਅਸੀਂ ਤਾਂ ਐਵੇਂ ਨੇ ਰਹਿ ਢੋਈ ਜਾਂਦੇ ਆ ਉਹ ਆਪਣੀ ਪਤਨੀ ਨਾਲ ਗੱਲਾਂ ਕਰਦਾ ਬੱਚੇ ਵੀ ਕੈਨੇਡਾ ਦੀਆਂ ਗੱਲਾਂ ਬੜੇ ਚਸਕੇ ਨਾਲ ਸੁਣਦੇ ਜਿਵੇਂ ਉਹ ਕਿਸੇ ਪਰਦੇਸ ਦੀਆਂ ਕਹਾਣੀਆਂ ਹੋਣ ਕੈਨੇਡਾ ਦੀ ਫੇਰੀ ਉਹਨਾਂ ਨੂੰ ਰੋਜ਼ ਕਿਸੇ ਕਥਾ ਵਾਂਗ ਸੁਣਾਉਂਦਾ ਤੇ ਹੌਲੀ-ਹੌਲੀ ਉਹਨਾਂ ਦੇ ਦਿਮਾਗਾਂ 'ਚ ਘਾਰ ਕਰਨ ਲੱਗੀ ਮੈਂ ਸੋਚਦਾ ਵੀ ਆਪਾਂ ਗਗਨ ਨੂੰ ਬਾਹਰ ਹੀ ਪੜਨ ਭੇਜ ਦੇਈਏ ਇਸ ਮੁਲਕ ਦਾ ਤਾਂ ਪੱਠਾ ਹੀ ਬੈਠੀ ਜਾਂਦਾ ਹੈ ਦਿਨੋਂ-ਦਿਨ ਇੱਥੇ ਡਿਗਰੀਆਂ ਕਰਕੇ ਹੀ ਇੱਥੇ ਡਿਗਰੀਆਂ ਕਰਕੇ ਕੀ ਕਰ ਲੂ ਕਿਹੜਾ ਨੌਕਰੀ ਧਰੀ ਪਈ ਹੈ ਨਾਲੇ 10-20 ਹਜ਼ਾਰ ਦੀ ਨੌਕਰੀ 'ਚ ਬਣਦਾ ਵੀ ਕੀ ਹੈ ਅੱਜਕੱਲ ਬੰਦੇ ਦਾ ਪਾਰ ਜਾ ਕੇ ਕੋਈ ਚੰਗੀ ਪੜ੍ਹਾਈ ਕਰ ਲਓ ਤਾਂ ਫਸਟ ਕਲਾਸ ਨੌਕਰੀ ਤੇ ਲੱਗੋ ਇੱਥੇ ਕੀ ਪਿਆ ਹੌਲੀ ਹੌਲੀ ਆਪਾਂ ਵੀ ਉੱਥੇ ਸ਼ਿਫਟ ਕਰ ਜਾਾਂਗੇ ਉਹ ਅਕਸਰ ਸਲਾਹਾਂ ਕਰਦਾ ਉਹਦੀ ਹਰ ਗੱਲ ਚ ਹਾਮੀ ਭਰਨ ਗਿੱਜੀ ਹੋਈ ਉਹਦੀ ਪਤਨੀ ਬਗੈਰ ਸੋਚੇ ਸਮਝੇ ਉਹਦੀਆਂ ਨਵੀਆਂ ਸਕੀਮਾਂ ਤੇ ਅੰਗੂਠਾ ਲਗਾਈ ਜਾਂਦੀ ਤੇ ਜਹਾਜ਼ ਚੜ੍ਹਨ ਦੀ ਗੱਲ ਸੁਣ ਕੇ ਬੱਚੇ ਹਵਾ ਚ ਛਾਲਾ ਮਾਰਦੇ ਸਾਰਾ ਟੱਬਰ ਅੱਧੀ ਰਾਤ ਤੱਕ ਬੈਠ ਕੇ ਸਲਾਹਾਂ ਕਰਦਾ ਕਿ ਪਿੰਡ ਵਾਲੀ ਜ਼ਮੀਨ ਤੇ ਘਰ ਵੇਚ ਕੇ ਉਹ ਕਿਵੇਂ ਹੌਲੀ-ਹੌਲੀ ਕੈਨੇਡਾ ਜਾਂ ਅਮਰੀਕਾ ਚਲੇ ਜਾਣਗੇ ਗਗਨ ਦੀਆਂ ਵਿਦੇਸ਼ ਜਾਣ ਦੀਆਂ ਤਿਆਰੀਆਂ ਉਹਦੇ ਸਕੂਲ ਦੀ ਪੜ੍ਹਾਈ ਪੂਰੀ ਹੋਣ ਤੋਂ ਪਹਿਲਾਂ ਹੀ ਸ਼ੁਰੂ ਹੋ ਗਈਆਂ ਫਰਸਟ ਡਿਵੀਜ਼ਨ ਤੋਂ ਸਕੂਲ ਪਾਸ ਕਰਦੇ ਉਹਨੂੰ ਚੰਡੀਗੜ੍ਹ ਭੇਜ ਦਿੱਤਾ ਪਾਖਰ ਸਿੰਘ ਨੇ ਤਾਂ ਉਹ ਕਿਸੇ ਵਿਦੇਸ਼ੀ ਕਾਲਜ 'ਚ ਦਾਖਲੇ ਲਈ ਕਾਉਂਸਲਿੰਗ ਲੈ ਸਕੇ ਕਿਸੇ ਏਜੰਟ ਨਾਲ ਵੀ ਰابطਾ ਬਣਾਇਆ ਉਹਨੇ ਜਿਹੜਾ ਦੇਸੀ ਮੁੰਡਿਆਂ ਨੂੰ ਵਿਦੇਸ਼ੀ ਕਾਲਜਾਂ ਤੇ ਯੂਨੀਵਰਸਿਟੀਆਂ 'ਚ ਦਾਖਲੇ ਦਿਵਾਉਣ 'ਚ ਮਾਹਰ ਸੀ ਜ਼ਮੀਨ ਜਾਇਦਾਦ ਦੀ ਕੀਮਤ ਕੀਮਤ ਪਵਾ ਕੇ ਵੀ ਜਦ ਵਿਦੇਸ਼ੀ ਕਾਲਜ ਦੀ 4 ਸਾਲ ਦੀ ਫੀਸ ਪੂਰੀ ਨਾ ਹੋਈ ਤਾਂ ਪਾਖਰ ਸਿੰਘ ਨੇ ਬੈਂਕ ਤੋਂ ਔਲਾਦ ਨੂੰ ਪੜ੍ਹਾਉਣ ਦਾ ਕਰਜ਼ਾ ਚੁੱਕ ਲਿਆ ਇੱਧਰ ਉੱਧਰ ਭੱਜ-ਨੱਟ ਕਰਕੇ ਉਹਨੇ ਆਪਣੇ ਪੁੱਤਰ ਦੀ ਵਿਦੇਸ਼ੀ ਡਿਗਰੀ ਲੈਣ ਦਾ ਬੰਦੋਬਸਤ ਕੀਤਾ ਜੋ ਕਿ ਉਹਦੀ ਬਹੁਤ ਵੱਡੀ ਖਵਾਇਸ਼ ਸੀ ਏਜੰਟ ਨੇ ਦੋ-ਚਾਰ ਅਰਜ਼ੀਆਂ ਪਰਵਾਈਆਂ ਗगन ਨੂੰ ਲੰਡਨ ਦੇ ਇੱਕ ਕਾਲਜ ਤੋਂ ਆਫਰ ਲੈਟਰ ਆ ਗਿਆ ਪਾਖਰ ਸਿੰਘ ਦੀ ਜਿਵੇਂ ਲੋਟਰੀ ਨਿਕਲੀ ਹੋਵੇ ਉਹਦਾ ਮੁੱਦਤਾ ਦਾ ਸੁਪਨਾ ਪੂਰਾ ਹੋਣ ਜਾ ਰਿਹਾ ਸੀ ਤੇ ਉਹਨੂੰ ਖੁਦ ਨੂੰ ਯਕੀਨ ਨਹੀਂ ਸੀ ਆ ਰਿਹਾ ਉਹਦੀ ਪਤਨੀ ਦੀ ਕੋਈ ਸਹੇਲੀ ਇੰਗਲੈਂਡ ਰਹਿੰਦੀ ਸੀ ਉਹਨੂੰ ਵੀ ਫੋਨ ਕਰ ਦਿੱਤਾ ਸੀ ਉਹਨਾਂ ਨੇ ਕਿ ਉਹਨਾਂ ਦਾ ਬੇਟਾ ਉੱਥੇ ਪੜ੍ਹਾਈ ਕਰਨ ਆ ਰਿਹਾ ਸੀ ਤੇ ਵੇਲੇ-ਕਵੇਲੇ ਉਹਦਾ ਮਾੜਾ-ਮੋਟਾ ਧਿਆਨ ਰੱਖੇ ਇੱਕੋ ਸਾਲ ਦੀ ਫੀਸ 5 ਲੱਖ ਰੁਪਇਆ 5 ਸਾਲ ਦੀ ਪੜ੍ਹਾਈ ਕਿਵੇਂ ਪੂਰੀ ਹੋ ਉਹਦੇ ਕਿਸੇ ਸ਼ੁਭਚਿੰਤਕ ਨੇ ਚਿੰਤਾ ਜਤਾਈ ਇੱਕੋ ਸਾਲ ਦੀ ਫੀਸ ਭਰਨ ਦੀ ਲੋੜ ਹੁੰਦੀ ਹੈ ਬਾਕੀ ਤਾਂ ਮੁੰਡੇ ਖੁੰਡੇ ਉੱਥੇ ਕੰਮ ਕਰਕੇ ਆਪੇ ਭਰ ਲੈਂਦੇ ਨੇ ਪਖਰ ਸਿੰਘ ਨੇ ਏਜੰਟ ਦੀ ਕਹੀ ਗੱਲ ਹੂ ਬਹੂ ਦੁਹਰਾਈ ਫੇਰ ਵੀ ਪ੍ਰਿੰਸੀਪਲ ਸਾਹਿਬ ਬੱਚੇ ਦੀ ਜ਼ਿੰਦਗੀ ਦਾ ਸਵਾਲ ਹੈ ਜ਼ਰਾ ਸੋਚ ਕੇ ਚਲਿਓ ਸ਼ਬ ਚੰਤਕ ਨੇ ਸਲਾਹ ਦਿੱਤੀ ਤਾਂ ਹੀ ਤਾਂ ਕਰ ਰਿਆਂ ਇੱਕੋ ਇੱਕ ਪੁੱਤ ਹੈ ਮੇਰਾ ਕਿਹੜਾ 5 7 ਨੇ ਵੀ ਜ਼ਮੀਨ ਵੰਡੀ ਜਾਉ ਇਸੇ ਦੀ ਹੈ ਸਭ ਕੁਝ ਤੇ ਇਸੇ ਤੇ ਲੱਗ ਰਿਹਾ ਹੈ ਜੇ ਫੇਰ ਵੀ ਨਾ ਸਰਿਆ ਤਾਂ ਮੈਂ ਸਾਲ 6 ਮਹੀਨੇ ਕੈਨੇਡਾ ਲਾਇਆ ਕਰੂੰ ਉਹਦੀ ਫੀਸ ਵਾਸਤੇ ਪਰ ਉਹਨੂੰ ਉੱਚ ਵਿਦਿਆ ਦਿਲਾਉਂ ਇੱਕੋ ਦਾ ਖਾਸ਼ ਆ ਮੇਰੀ ਕਿ ਮੇਰਾ ਪੁੱਤ ਪੜ੍ਹ ਲੈ ਕੇ ਦੁਨੀਆ 'ਚ ਮੇਰਾ ਨਾਂ ਰੌਸ਼ਨ ਕਰੇ ਪਾਖਰ ਸਿੰਘ ਦੇ ਅੰਦਰੋਂ ਆਵਾਜ਼ ਨਿਕਲ ਰਹੀ ਸੀ ਤੇ ਸ਼ੁਭ ਚਿੰਤਕ ਵੱਲੋਂ ਮੋੜੋ ਦਾ ਹੌਸਲਾ ਤੋੜਨ ਦੀ ਹਿੰਮਤ ਨਾ ਹੋਈ 80 ਰੁਪਏ ਦਾ 1 ਪਾਉਂਡ ਬਣਦਾ ਸੀ ਤੇ ਇੰਗਲੈਂਡ 'ਚ ਗगन ਦੀ 1 ਸਾਲ ਦੀ ਫੀਸ ਤੇ ਰਿਹਾਇਸ਼ ਲਈ 10-12 ਲੱਖ ਰੁਪਇਆ ਪੂਰਾ ਕਰਦਿਆਂ ਘਰ ਦੇ ਖੂੰਜੇ ਖਾਲੀ ਹੋ ਗਏ ਪਰ ਪਾਕਰ ਸਿੰਘ ਨੇ ਦਿਲ ਨਹੀਂ ਛੱਡਿਆ ਪੁੱਤ ਨੂੰ ਲੰਡਨ ਤੋਰਨ ਤੋਂ ਪਹਿਲਾਂ ਉਹਨੇ ਘਰ ਚ ਪਾਠ ਕਰਵਾਇਆ ਸਾਰੇ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਸੱਦ ਕੇ ਬਹੁਤ ਵੱਡੀ ਦਾਵਤ ਦਿੱਤੀ ਉਹਨੂੰ ਲੱਗ ਰਿਹਾ ਸੀ ਜਿਵੇਂ ਆਪਣੇ ਪੁੱਤਰ ਦਾ ਵਿਆਹ ਕਰ ਰਿਹਾ ਹੋਵੇ ਖੈਰੇ ਦਾ ਵਿਆਹ ਇੰਗਲੈਂਡ 'ਚ ਹੀ ਹੋਣਾ ਹੋਵੇ ਆਪਾਂ ਹੁਣੇ ਆਪਣੇ ਚਾਹ ਪੂਰੇ ਕਰ ਲਈਏ ਪਤਨੀ ਨੇ ਸੱਜ ਲੱਖਾਂ ਨਾਲ ਕਿਹਾ ਤਾਂ ਪਾਕਰ ਸਿੰਘ ਨੇ ਰਹੀ ਸਹੀ ਕਸਰ ਵੀ ਪੂਰੀ ਕਰ ਦਿੱਤੀ ਤੇ ਗगन ਵੀ ਖੁਦ ਨੂੰ ਕਿਸੇ ਸਟਾਰ ਵਾਂਗ ਮਹਿਸੂਸ ਕਰ ਰਿਹਾ ਸੀ ਜਿਹਦੀ ਲੋੜ ਤੋਂ ਵੱਧ ਬੁੱਕਤ ਪੈ ਰਹੀ ਸੀ ਵਿਦੇਸ਼ ਜਾਣ ਦੀ ਭੂਚ ਲੱਗ ਜਾਣ ਕਾਰਨ ਹਰ ਕੋਈ ਉਹਦੇ ਨਾਲ ਹੱਥ ਮਲਾਉਂਦਾ ਫੋਟੋਆਂ ਖਿਚਾਉਂਦਾ ਉਹ ਆਪਣੇ ਆਪ ਨੂੰ ਤਾਰਿਆਂ ਚ ਚੰਨ ਸਮਝਣ ਲੱਗ ਪਿਆ ਸੀ ਜਿਹਦੇ ਸਭ ਦੀਆਂ ਨਜ਼ਰਾਂ ਸਨ ਦਿੱਲੀ 에ਅਰਪੋਰਟ ਤੇ ਉਹਨੂੰ ਚੜਾਉਣ ਲਈ 35 ਗਰੀਬੀ ਰਿਸ਼ਤੇਦਾਰ ਪੁੱਜੇ ਕਾਰਾਂ ਦਾ ਕਾਫਲਾ ਪਿੰਡੋਂ ਤੁਰਿਆ ਤੇ ਕਈ ਕੋਹ ਤੱਕ ਸੰਗਣੀ ਢੋੜ ਉਡਦੀ ਰਹੀ ਸੀ ਹਵਾਈ ਜਹਾਜ਼ 'ਚ ਬੈਠਣ ਪਿਛੋਂ ਉਹਨੂੰ ਲੱਗਿਆ ਜਿਵੇਂ ਉਹ ਕਿਸੇ ਉਡਣ ਖਟੋਲੇ 'ਚ ਉੱਡ ਰਿਹਾ ਹੋਵੇ ਪੂਰੇ ਸਫ਼ਰ ਦੌਰਾਨ ਉਹ ਖਿੜਕੀ ਨਾਲ ਮੂੰਹ ਚਿਪਕਾਈ ਬੈਠਾ ਰਿਹਾ ਬਾਹਰ ਉੜਦੇ ਬੱਦਲ ਤੇ ਹੇਠਾਂ ਜ਼ਮੀਨ ਤੇ ਹਜ਼ਾਰਾਂ ਫੁੱਟ ਦੀ ਦੂਰੀ ਤੇ ਨਜ਼ਰ ਆ ਰਹੇ ਸ਼ਹਿਰ ਤੇ ਜੰਗਲ ਉਹਨੂੰ ਕਿਸੇ ਫਿਲਮੀ ਦ੍ਰਿਸ਼ ਵਾਂਗ ਲੱਗਦੇ ਏਅਰ ਹੋਸਟੈਸ ਉਹਨੂੰ ਬਾਰ-ਬਾਰ ਆ ਕੇ ਕਿਸੇ ਸੇਵਾ ਲਈ ਪੁੱਛਦੀ ਪਰ ਉਹ ਕਿਸੇ ਸਮਾਧੀ ਵਾਂਗ ਲੀਨ ਹੋਇਆ ਬੈਠਾ ਸੀ ਲੰਡਨ ਸ਼ਹਿਰ ਦੇ ਉੱਤੇ ਜਹਾਜ਼ ਪਹੁੰਚਿਆ ਤਾਂ ਹੇਠਾਂ ਜਿਵੇਂ ਰੌਸ਼ਨੀਆਂ ਦਾ ਸਮੁੰਦਰ ਠਾਠਾ ਮਾਰ ਰਿਹਾ ਸੀ ਉਹ ਹੈਰਾਨ ਹੋ ਰਿਹਾ ਸੀ ਕਿ ਬਿਜਲੀ ਦੀਆਂ ਤਾਰਾਂ ਦਾ ਇੰਨਾ ਵੱਡਾ ਜਾਲ ਉਥੇ ਕਿਵੇਂ ਵਿਛਿਆ ਹੋਏਗਾ ਹੀਥਰੋ ਹਵਾਈ ਅੱਡੇ ਤੇ ਪਹੁੰਚਿਆ ਗਗਨ ਤਾਂ ਜਿਵੇਂ ਕਿਸੇ ਚੱਕਰ ਵਿੱਚ ਫਸ ਗਿਆ ਸੀ ਜਹਾਜ਼ ਤੋਂ ਉਤਰ ਕੇ ਉਹ ਭੇੜਚਾਲ ਵਾਂਗ ਬਾਕੀ ਸਵਾਰੀਆਂ ਮਗਰ ਤੁਰ ਪਿਆ ਮਤੇ ਗਵਾਚ ਨਾ ਜਾਏ ਤਿੰਨ ਘੰਟੇ ਇਮੀਗ੍ਰੇਸ਼ਨ ਵਾਲਿਆਂ ਨੇ ਬਿਠਾਈ ਰੱਖਿਆ ਤੇ ਉਹਦਾ ਮੈਡੀਕਲ ਚੈੱਕਅਪ ਕਰਦੇ ਰਹੇ ਵੀ ਕਿਤੇ ਕੋਈ ਬਿਮਾਰੀ ਨਾ ਹੋਵੇ ਏਅਰਪੋਰਟ ਤੋਂ ਬਾਹਰ ਨਿਕਲੇ ਤਾਂ ਥੱਕ ਚੁੱਕਿਆ ਸੀ ਬੰਦੋਬਸਤ ਅਨੁਸਾਰ ਉਹਦੇ ਕਾਲਜ ਨੇ ਉਹਦੇ ਲਈ ਟੈਕਸੀ ਬੁੱਕ ਕਰਕੇ ਰੱਖੀ ਸੀ ਲੰਡਨ ਦੀ ਚਕਾ ਚੌਂਦ ਵੇਖ ਕੇ ਉਹਦੀਆਂ ਅੱਖਾਂ ਚੁੰਧਿਆ ਗਈਆਂ ਉਹ ਰਾਹ ਚੌਂਦੀ ਹਰ ਚੀਜ਼ ਨੂੰ ਬੜੀ ਹੈਰਾਨੀ ਨਾਲ ਵੇਖ ਰਿਹਾ ਸੀ ਜਿਵੇਂ ਕਿਸੇ ਹੋਰ ਹੀ ਦੁਨੀਆ 'ਚ ਪਹੁੰਚ ਗਿਆ ਹੋਵੇ ਲੰਡਨ ਪਹੁੰਚ ਕੇ ਉਹਨੂੰ ਪਤਾ ਲੱਗਿਆ ਕਿ ਉੱਥੇ ਹਸਟਲ ਵਰਗੀ ਕੋਈ ਥਾਂ ਨਹੀਂ ਸੀ ਰਾਤ ਕੱਟਣ ਲਈ ਉਹਨੂੰ ਇੱਕ ਮਹਿੰਗੇ ਬੈੱਡ ਐਂਡ ਬ੍ਰੈਕਫਾਸਟ ਰਹਿਣਾ ਪਿਆ ਰਹਿਣਾ ਪਿਆ ਨਵਾਂ ਦੇਸ਼ ਨਵਾਂ ਕਲਚਰ ਹੋਣ ਕਾਰਨ ਉਹ ਕਿਸੇ ਅੰਨੇ گاਵਾਂਗੇ ਇੱਧਰ ਉੱਧਰ ਭਟਕਦਾ ਫਿਰ ਰਿਹਾ ਸੀ ਪਰ ਰਹਿਣ ਲਈ ਕੋਈ ਸਹੀ ਟਿਕਾਣਾ ਨਹੀਂ ਮਿਲ ਰਿਹਾ ਸੀ ਇੱਕ ਹਫ਼ਤੇ ਚ ਉਹਦੀ ਜੇਬ ਹਲਕੀ ਹੋਣ ਲੱਗ ਪਈ ਕਾਲਜ ਗਿਆ ਤਾਂ ਉਹਦਾ ਰੋਣ ਨੂੰ ਮਨ ਕਰ ਰਾਇਆ ਸੈਂਟਰਲ ਲੰਡਨ ਦੇ ਇੱਕ ਬਹੁਤ ਬਿਜ਼ੀ ਏਰੀਆ ਚ ਬਣੀ ਪੰਜ ਮੰਜ਼ਿਲਾ ਇੱਕ ਇਮਾਰਤ ਦਾ ਕਾਲਜ ਸੀ ਉਹਦਾ ਸਿਰਫ ਚਾਰ ਕਮਰਿਆਂ ਦਾ ਕਾਲਜ ਜਿਦੇ ਇੱਕ ਕਮਰੇ ਚ ਇੱਕ ਇੰਡੀਅਨ ਕੁੜੀ ਤੇ ਇੱਕ ਮੁੰਡਾ ਇੱਕੋ ਮੇਜ਼ ਤੇ ਖੌਨ ਕੋਲ ਬੈਠੇ ਸਨ ਗगन ਜਿਵੇਂ ਆਕਾਸ਼ ਤੋਂ ਜ਼ਮੀਨ ਤੇ ਡਿੱਗਿਆ ਹੋਵੇ ਆ ਕਾਲਜ ਹੈ ਜਿੱਥੇ ਮੈਂ ਇਨੀ ਫੀਸ ਦੇ ਕੇ ਪੜਨ ਆਇਆ ਉਹਨੇ ਖੁਦ ਨੂੰ ਸਵਾਲ ਕੀਤਾ ਉਹਨੇ ਤਾਂ ਸੋਚਿਆ ਸੀ ਕਿ ਪਤਾ ਨਹੀਂ ਕਿੰਨਾ ਵੱਡਾ ਤੇ ਖੂਬਸੂਰਤ ਹੋਏਗਾ ਉਹਦਾ ਕਾਲਜ ਪਰ ਇੱਥੇ ਤਾਂ ਗੱਲ ਹੀ ਹੋਰ ਸੀ ਉਹਦੇ ਵਾਂਗ ਹੀ ਇੰਡੀਆ ਤੇ ਕੁਝ ਹੋਰ ਏਸ਼ੀਅਨ ਮੁਲਕਾਂ ਤੋਂ ਆਏ ਵਿਦਿਆਰਥੀ ਕਾਫੀ ਮਸ਼ੀਨ ਕੋਲ ਬੈਠੇ ਝੂਰ ਰਹੇ ਸੀ ਸਾਰੇ ਜਿਵੇਂ ਭੋਲੇ-ਭਾਲੇ ਪੰਛੀਆਂ ਵਾਂਗ ਅਣਜਾਣੇ ਕਿਸੇ ਸੁਨਹਿਰੇ ਜਾਲਚਾਪ ਹਸੇ ਸੀ मेरे एजेंट ने तो क्या कि बहुत व्डा कॉलेज है पंजाब हो गया एक होर विद्यार्थी बोल रहा है सी। मेरे एजेंट ने भी यही बताया था पर सब झूठ निकला कोई पाकिस्तानी मुंडा कह रहा है सी। मैंने तो इंटरनेट पे ही कॉलेज की तस्वीर देखी थी पर क्या पता था सब नकली है बंग्लादेश तो आया एक मुंडा भी कल पिया पता नहीं पढ़ाई कैसी होगी कॉलेज देखकर तो मेरा मन बहुत खराब हुआ ਦਿੱਲੀ ਦੀ ਇੱਕ ਕੁੜੀ ਵੀ ਮੁੰਡਿਆਂ ਵਾਂਗ ਬਹੁਤ ਪਛਤਾ ਰਹੀ ਸੀ ਪੜਾਈ ਕਿਸ ਨੇ ਕਰਨੀ ਹੈ یہاں ਜ਼ਿਆਦਾਤਰ ਲੋਕ ਤਾਂ ਪੈਸੇ ਕਮਾਣੇ ਆਉਂਦੇ ਆ ਸਟੂਡੈਂਟਸ਼ਿਪ ਦੇ ਬਹਾਨੇ ਕੋਈ ਹੋਰ ਬੋਲਿਆ ਤੇ ਗगन ਗੁੰਮ ਸਮਝਿਆ ਬੈਠਾ ਉਹਨਾਂ ਦੀਆਂ ਗੱਲਾਂ ਸੁਣਦਾ ਰਿਹਾ ਜਿਵੇਂ ਉਹ ਉਸੇ ਦੀ ਹਾਲਤ ਬਿਆਨ ਕਰ ਰਹੀ ਸੀ ਧੰਨਵਾਦ ਚਲਦਾ